ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਕਰਨ ਜਾ ਰਹੇ ਹਾਂ ਡਿਕਟੇਸ਼ਨ ਸ਼ੋਰਟ ਨੂੰ ਪੰਜਾਬੀ। ਅਖਬਾਰ ਹੈਗਾ ਜਗਬਾਣੀ, ਡੇਟ ਹੈ 4/11/2020। ਠੀਕ ਹੈ, ਸੰਪਾਦਕੀ ਦੇ ਵਿੱਚੋਂ ਅਖਬਾਰ ਜਗਬਾਣੀ, ਟੋਪਿਕ ਹੈ ਮੰਦਰ 'ਚ ਨਮਾਜ਼। ਠੀਕ ਹੈ, ਜਗਬਾਣੀ ਦੇ ਬਿਲਕੁਲ ਲਾਸਟ ਵਿੱਚ ਮੰਦਰ 'ਚ ਨਮਾਜ਼ ਟੋਪਿਕ 'ਤੇ ਪਹਿਰਾ ਹੈਗਾ ਛੋਟਾ ਜਿਹਾ। ਸਭ ਤੋਂ ਪਹਿਲਾਂ ਇੱਕ ਤਾਂ ਤੁਹਾਡੇ ਕੋਲ ਨੋਟਪੈਡ ਹੋਣੀ ਚਾਹੀਦੀ ਆ, ਜਿਹੜੇ ਵੱਡੇ ਰਜਿਸਟਰ 'ਤੇ ਮੇਰੀ ਡਿਕਟੇਸ਼ਨ ਲਿਖਦੇ ਆ ਅਤੇ ਉਹ ਉਹਨਾਂ ਨੂੰ ਪ੍ਰੋਬਲਮ ਆ ਜਾਣੀ ਪੇਪਰ ਦੇ ਵਿੱਚ। ਕਿਸੇ ਵੀ ਬੰਦੇ ਡਿਕਟੇਸ਼ਨ ਲਿਖਦੇ ਪਏ ਹੋ, ਨੋਟਪੈਡ 'ਤੇ ਤੁਸੀਂ ਉਹ ਡਿਕਟੇਸ਼ਨ ਨੂੰ ਲੈਣਾ ਆ। ਜੇ ਕੋਈ ਪ੍ਰੈਕਟਿਸ ਕਰਦੇ ਪਏ ਆ, ਕੋਈ ਵੈਸੇ ਰਫ ਕੰਮ ਕਰਦੇ ਪਏ ਆ, ਤਾਂ ਤੁਸੀਂ ਆਪਣੇ ਰਜਿਸਟਰ ਵੱਡੇ ਯੂਜ਼ ਕਰ ਸਕਦੇ ਹੋ। ਜੇ ਆਪਣੀ ਡਿਕਟੇਸ਼ਨ ਜਿਹੜੀ ਤੁਸੀਂ ਟਾਈਪ ਕਰਨੀ ਹੈਗੀ ਆ, ਜਾਂ ਮੇਰੀ ਡਿਕਟੇਸ਼ਨ ਜੇ ਟਾਈਪ ਵੀ ਕਰਦੇ ਹੋ, ਜੇ ਸਿਰਫ ਲਿਖਦੇ ਹੋ, ਲਿਖਦੇ ਤਾਂ ਪੜ੍ਹਦੇ ਹੈਗੇ ਆ, ਏਰੀਆ ਤੁਹਾਡੇ ਘੱਟ ਹੋਣਾ ਜ਼ਰੂਰੀ ਆ। ਜਿਹੜਾ ਆਪਣਾ ਨੋਟਪੈਡ ਇਸ ਕਰਕੇ ਹੀ ਆਪਾਂ ਯੂਜ਼ ਕਰਦੇ, ਉਹਨੂੰ ਏਰੀਆ ਘੱਟ ਹੁੰਦਾ, ਜਦੋਂ ਏਰੀਆ ਘੱਟ ਹੋਊ ਅੱਖਰ ਛੋਟਾ ਪਏਗਾ, ਅੱਖਰ ਛੋਟਾ ਪਏਗਾ ਸਪੀਡ ਆਪਣੇ ਵੱਧ ਜਾਣੀ ਆ, ਰਾਈਟਿੰਗ ਸਾਫ ਵੀ ਤਾਂ ਹੀ ਆਏਗੀ ਜੇ ਅੱਖਰ ਛੋਟੇ ਲਿਖੇ ਜਾਣਗੇ ਨੋਟਪੈਡ 'ਤੇ ਲਿਖੇ ਜਾਣਗੇ। ਨੋਟਪੈਡ ਸ਼ੋਰਟ ਹੈਂਡ ਵਾਲੀ ਸਪੈਸ਼ਲ ਉਹ ਯੂਜ਼ ਕਰਨੀ ਹੈਗੀ ਆ ਜਿਹੜੀ ਆਪਾਂ ਡਿਕਟੇਸ਼ਨ ਟਾਈਪ ਕਰਨੀ ਆ, ਕਿਉਂਕਿ ਪੇਪਰ ਵਿੱਚ ਆਪਾਂ ਨੂੰ ਨੋਟਪੈਡ 'ਤੇ ਹੀ ਲਿਖਾਈ ਜਾਣੀ ਆ, ਵੱਡੇ ਰਜਿਸਟਰ ਨਹੀਂ ਮਿਲਣੇ ਆਪਾਂ ਨੂੰ, ਆਦਤ ਪੈ ਜਾਂਦੀ ਉਸ ਵੱਡੇ ਰਜਿਸਟਰ 'ਤੇ ਲਿਖਣ ਦੀ, ਖੁੱਲ੍ਹਾ ਖੁੱਲ੍ਹਾ ਲਿਖਣ ਦੀ। ਨੋਟਪੈਡ ਯੂਜ਼ ਕਰੋ, ਕਿਉਂਕਿ ਪੇਜ ਪਲਟਣ ਦੀ ਵੀ ਪ੍ਰੈਕਟਿਸ ਕਰਨੀ ਆਪਾਂ। ਪੇਪਰ 'ਚ ਪੇਜ ਨਹੀਂ ਪਲਟਾ ਜਾਂਦਾ, ਜੋ 400 ਵਰਡ ਦਾ ਪੈਰਾ 500 ਵਰਡ ਦਾ ਪੈਰਾ ਹੁੰਦਾ ਆ, ਅਤੇ ਪੇਜ ਪਲਟਣ ਲੱਗੇ ਥੋੜ੍ਹਾ 1 ਸੈਕਿੰਡ ਵੀ ਲੱਗ ਗਿਆ ਅਤੇ 3-4 ਵਰਡ ਰਹਿ ਜਾਣੇ। ਠੀਕ ਹੈ, ਸਿਰ ਨੋਟਪੈਡ ਜਿਹੜੀ ਡਿਕਟੇਸ਼ਨ ਫਾਈਨਲ ਤੁਸੀਂ ਟਾਈਪ ਕਰਨੀ ਹੁੰਦੀ ਆ, ਉਹਨੂੰ ਤੁਸੀਂ ਆਪਣੇ ਨੋਟਪੈਡ 'ਤੇ ਲਿਖੋ। ਜੇ ਕੋਈ ਵੈਸੇ ਰਫ ਕੰਮ ਕਰਦੇ ਹਾਂ, ਇਕੱਲੇ ਆਊਟਲਾਈਨ ਦੀ ਪ੍ਰੈਕਟਿਸ ਕਰਦੇ ਪਏ ਹਾਂ, ਕਿਸੇ ਸਪੈਸ਼ਲ ਇੱਕ ਵਰਡ ਦੀ ਪ੍ਰੈਕਟਿਸ ਕਰਦੇ ਪਏ, ਉਹ ਆਪਣੇ ਰਜਿਸਟਰ ਜੋ ਮਰਜ਼ੀ ਲਾ ਸਕਦੇ ਹੋ। ਜਿਹੜੀ ਆਪਣੀ ਸੈਂਟਰ ਵਿੱਚ ਤੁਸੀਂ ਟੈਸਟ ਦਿੰਦੇ ਹੋ, ਫਾਈਨਲ ਡਿਕਟੇਸ਼ਨ ਜਿਹੜੀ ਗਰੁੱਪ ਵਿੱਚ ਲਿਖਦੇ ਹੋ, ਤੁਸੀਂ ਆਪਣੀ ਨੋਟਪੈਡ 'ਤੇ ਲਿਖੋ। ਇੱਕ ਆਦਤ ਪਾ ਲਓ ਪਰਮਾਨੈਂਟਲੀ, ਜਿਹੜਾ ਸਭ ਤੋਂ ਪਹਿਲਾਂ ਜਦੋਂ ਪਹਿਰਾ ਸਟਾਰਟ ਕਰਨਾ ਹੈਗਾ, ਉੱਥੇ ਤੁਸੀਂ ਆਪਣਾ ਪਹਿਰਾ ਲਾਉਣਾ ਆ। ਪਹਿਲਾਂ ਮਸ਼ੀਨਾਂ 'ਤੇ ਹੁੰਦਾ ਸੀ, ਜਦੋਂ ਆਪਾਂ ਸਪੇਸਾਂ ਗਿਣ ਕੇ ਜਾਂ ਟੈਬ ਸੈੱਟ ਕਰਕੇ 10 ਸਪੇਸਾਂ ਦਿੰਦੇ ਸੀ, ਹੁਣ ਵੀ ਆਪਣੀ ਉਹੀ 10 ਸਪੇਸਾਂ ਵਾਲਾ ਰੋਲ ਹੀ ਹੈਗਾ। ਅਤੇ ਤੁਸੀਂ ਉਹਦੀ ਜਗ੍ਹਾ 'ਤੇ ਟੈਬ, ਜਿਹੜਾ ਆਪਣੇ ਕੀਬੋਰਡ 'ਤੇ ਟੈਬ ਹੁੰਦਾ ਬਟਨ, ਉਹ ਟੈਬ ਦਾ ਮਤਲਬ ਵੀ 10 ਸਪੇਸਾਂ ਹੀ ਹੁੰਦਾ ਹੈ। ਜਿਹੜੀ ਆਪਾਂ ਵੈਸੇ ਸਪੇਸ ਦੇਵਾਂਗੇ ਉਹ ਘੱਟ ਵੱਧ ਹੋ ਸਕਦੀ ਕਦੇ ਵੀ, ਕਿਉਂਕਿ ਆਪਾਂ ਦੋਨੋਂ ਜੇ ਦੋ ਪਰੇ ਲੱਗੇ ਤਾਂ ਉਹਨੂੰ ਬਰਾਬਰ ਚਾਹੀਦੇ ਹੁੰਦੇ ਆ, ਇਸ ਕਰਕੇ ਟੈਬ ਨੱਪਾਂਗੇ ਤਾਂ ਜਿਹੜੀ ਜਗ੍ਹਾ 'ਤੇ ਪਹੁੰਚਾਈਦਾ ਉੱਥੋਂ ਸਟਾਰਟ ਹੋਏਗਾ, ਜੋ ਨੈਕਸਟ ਪਰਾ ਹੋਏਗਾ ਉਹ ਆਪਾਂ ਡਾਇਰੈਕਟ ਵਾਲੀ ਸੇਧ ਵਿੱਚ ਹੀ ਸਟਾਰਟ ਕਰਾਂਗੇ। ਇਸ ਕਰਕੇ ਨੋਟਪੈਡ ਯੂਜ਼ ਕਰਨੀ ਅਤੇ ਟੈਬ ਲਾ ਕੇ ਪੈਰਾ ਲਾ ਕੇ ਹੀ, ਪਹਿਲਾ ਪੈਰਾ ਜਿਹੜਾ ਹੈਗਾ ਉਹ ਤੁਹਾਨੂੰ ਆਪ ਲਾਉਣਾ ਹੀ ਪੈਣਾ, ਦੂਜਾ ਬੋਲਣਗੇ ਤਾਂ ਲਾਉਣਾ, ਜੇ ਨਹੀਂ ਬੋਲਿਆਗਾ ਤਾਂ ਆਪਾਂ ਨਹੀਂ ਲਾਉਣਾ ਪੇਪਰ ਦੇ ਵਿੱਚ ਫਾਈਨਲ ਦੇ ਵਿੱਚ। ਠੀਕ ਹੈ, ਸਪੈਸ਼ਲ ਦੱਸਦੇ ਹੁੰਦੇ ਪੈਰਾ ਲਾਓ। ਠੀਕ ਹੈ, ਲਿਖੋ ਨੈਕਸਟ ਜੀ, ਪੈਰਾ ਲਿਖਦੇ ਹਾਂ, ਸਪੀਡ ਰੱਖਣੀ 100। ਹਾਂਜੀ, ਮਥੁਰਾ ਦੇ ਇੱਕ ਮੰਦਰ 'ਚ ਨਮਾਜ਼ ਪੜ੍ਹਨ ਦੇ ਅਪਰਾਧ 'ਚ ਪੁਲਿਸ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ 'ਚ ਲੱਗੀ ਹੈ ਡੰਡੀ। ਉਹਨਾਂ 4 'ਚੋਂ 2 ਮੁਸਲਮਾਨ ਹਨ ਅਤੇ 2 ਹਿੰਦੂ ਹਨ ਡੰਡੀ। ਇਹ 4ੋਂ ਨੌਜਵਾਨ ਦਿੱਲੀ ਦੇ ਖੁਦਾਈ ਖਿਦਮਤਗਾਰ ਸੰਸਥਾ ਦੇ ਮੈਂਬਰ ਹਨ ਡੰਡੀ। ਇਸ ਨਾਂ ਦੀ ਸੰਸਥਾ ਆਜ਼ਾਦੀ ਤੋਂ ਪਹਿਲਾਂ ਸਰਹੱਦੇ ਗਾਂਧੀ ਬਾਦਸ਼ਾਹ ਖਾਨ ਨੇ ਸਵਰਾਜ ਲਿਆਉਣ ਲਈ ਸਥਾਪਿਤ ਕੀਤੀ ਸੀ। ਡੰਡੀ ਪੈਰਾ, ਠੀਕ ਹੈ, ਪੈਰਾ ਲਾਉਣਾ ਉਹਦੀ ਸੇਧ ਵਿੱਚ, ਜਿੱਥੇ ਨੋਟਪੈਡ ਤੁਸੀਂ ਵੈਸੇ ਸਿੱਧੇ ਲੈਣਾ ਮਾਰ ਲੈਣੀਆਂ, ਟਾਈਪ ਵੇਲੇ ਆਪਾਂ ਜਮ੍ਹਾਂ ਸੇਧ ਦੇ ਵਿੱਚ ਉਸੇ 'ਤੇ ਆਪਾਂ ਸਟਾਰਟ ਕਰਾਂਗੇ ਪੈਰਾ ਲਾ ਕੇ। ਹਾਂਜੀ, ਨੈਕਸਟ। ਇਸ ਸੰਸਥਾ ਨੂੰ ਦਿੱਲੀ ਦੇ ਗਾਂਧੀ ਸ਼ਾਂਤੀ ਅਸਥਾਨ ਅਤੇ ਨੈਸ਼ਨਲ ਅਲਾਇੰਸ ਫੋਰ ਪੀਪਲਜ ਮੂਵਮੈਂਟ ਚਲਾਉਂਦੇ ਹਨ ਡੰਡੀ। ਇਸ ਸੰਸਥਾ ਦੇ ਮੁਖੀ ਫੈਜ਼ਲ ਖਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ 3 ਹੋਰ ਸਾਥੀ ਅਜੇ ਫਰਾਰ ਹਨ ਡੰਡੀ। ਇਹਨਾਂ 4 ਨੌਜਵਾਨਾਂ ਵਿਰੁੱਧ ਮੰਦਰ ਦੇ ਪੁਜਾਰੀਆਂ ਨੇ ਪੁਲਿਸ 'ਚ ਇਹ ਰਿਪੋਰਟ ਲਿਖਵਾਈ ਹੈ ਕਿ ਇਹਨਾਂ ਲੋਕਾਂ ਨੇ ਉਹਨਾਂ ਤੋਂ ਬਿਨਾਂ ਪੁੱਛੇ ਮੰਦਰ ਦੇ ਵਿਹੜੇ 'ਚ ਨਮਾਜ਼ ਪੜ੍ਹੀ ਅਤੇ ਉਸ ਦੀਆਂ ਫੋਟੋਆਂ ਇੰਟਰਨੈੱਟ 'ਤੇ ਪ੍ਰਸਾਰਿਤ ਕਰ ਦਿੱਤੀਆਂ ਡੰਡੀ। ਇਸ ਦਾ ਮਕਸਦ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਤੇ ਦੇਸ਼ 'ਚ ਫਿਰਕੂ ਤਣਾਅ ਪੈਦਾ ਕਰਨਾ ਰਿਹਾ ਹੈ ਡੰਡੀ। ਇਹਨਾਂ 4 ਨੌਜਵਾਨਾਂ ਦਾ ਕਹਿਣਾ
ਪੈਰਾਂ ਹੈਕੇ ਦੁਪਹਿਰ ਨੂੰ ਉਹ ਜਦ ਮੰਦਰ ਚ ਸਨ ਨਮਾਜ਼ ਦਾ ਵਕਤ ਹੋਣ ਲੱਗਾ ਤਾਂ ਉਹਨਾਂ ਨੇ ਪੁਜਾਰੀਆਂ ਤੋਂ ਇਜਾਜ਼ਤ ਲੈ ਕੇ ਨਮਾਜ਼ ਪੜ੍ਹੀ ਸੀ ਡੰਡੀ ਉਸ ਸਮੇਂ ਉੱਥੇ ਕੋਈ ਭੀੜ ਵੀ ਨਹੀਂ ਸੀ ਡੰਡੀ ਮੇਰੀ ਸਮਝ ਚ ਨਹੀਂ ਆਉਂਦਾ ਕਿ ਇਹਨਾਂ ਲੜਕਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਿਉਂ ਕੀਤਾ ਉਹਨਾਂ ਨੇ ਮੂਰਤੀਆਂ ਦੇ ਸਾਹਮਣੇ ਜਾ ਕੇ ਤਾਂ ਨਮਾਜ਼ ਨਹੀਂ ਪੜ੍ਹੀ ਡੰਡੀ ਪਰਾ ਚਾਰੇ ਨੌਜਵਾਨ ਮਥੁਰਾ ਵਰਿੰਦਾਵਨ ਕਿਸ ਲਈ ਗਏ ਸਨ ਡੰਡੀ 84 ਕੋਸ ਦੇ ਬ੍ਰਜ ਪ੍ਰਕਰਮਾ ਕਰਨ ਗਏ ਸਨ ਡੰਡੀ ਅਜਿਹੇ ਮੁਸਲਮਾਨ ਨੌਜਵਾਨਾਂ 'ਤੇ ਤੁਸੀਂ ਹਿੰਦੂ ਧਰੋਹ ਦਾ ਦੋਸ਼ ਲਗਾਓਗੇ ਤਾਂ ਅਮੀਰ ਖੁਸਰੋ ਰਸਖਾਨ ਤਾਜ ਬੀਬੀ ਆਲਮ ਅਤੇ ਨਜੀਮ ਵਰਗੇ ਕ੍ਰਿਸ਼ਨ ਭਗਤਾਂ ਨੂੰ ਕੀ ਤੁਸੀਂ ਫਾਂਸੀ 'ਤੇ ਲਟਕਾਉਣਾ ਚਾਹੋਗੇ ਕ੍ਰਿਸ਼ਨ ਦੇ ਘੁੰਘਰਾਲੇ ਵਾਲਾਂ ਦੇ ਬਾਰੇ 'ਚ ਦੇਖੋ ਤਾਜ ਬੀਬੀ ਨੇ ਕੀ ਕਿਹਾ ਹੈ ਲਾਮ ਕੇ ਮਨਿੰਦ ਹੈ ਯੇਸੂ ਮੇਰੇ ਗਨਸ਼ਾਮ ਕੇ ਕਾਫਰ ਹੈ ਵੋ ਜੋ ਬੰਦੇ ਨਹੀਂ ਇਸ ਲਾਮ ਕੇ ਜੇ ਤੁਸੀਂ ਸੱਚੇ ਹਿੰਦੂ ਹੋ ਸੱਚੇ ਮੁਸਲਮਾਨ ਹੋ ਅਤੇ ਸੱਚੇ ਈਸਾਈ ਹੋ ਤਾਂ ਤੁਹਾਡਾ ਸਾਰਿਆਂ ਦਾ ਭਗਵਾਨ ਕੇ ਇੱਕ ਨਹੀਂ ਹੈ ਭਗਵਾਨ ਨੇ ਤੁਹਾਨੂੰ ਬਣਾਇਆ ਹੈ ਜਾਂ ਤੁਸੀਂ ਕਈ ਭਗਵਾਨਾਂ ਨੂੰ ਬਣਾਇਆ ਹੈ ਡੰਡੀ ਮੰਦਰ 'ਚ ਬੈਠ ਕੇ ਕੋਈ ਮੁਸਲਮਾਨ ਅਰਬੀ ਭਾਸ਼ਾ 'ਚ ਉਹੀ ਪ੍ਰਾਰਥਨਾ ਕਰ ਰਿਹਾ ਹੈ ਜੋ ਅਸੀਂ ਸੰਸਕ੍ਰਿਤ 'ਚ ਕਰਦੇ ਹਾਂ ਤਾਂ ਇਸ 'ਚ ਕਿਹੜਾ ਅਪਰਾਧ ਹੋ ਗਿਆ ਡੰਡੀ ਮੈਂ ਲੰਡਨ ਦੇ ਇੱਕ ਗਿਰਜੇ 'ਚ ਅੱਜ ਤੋਂ 51 ਸਾਲ ਪਹਿਲਾਂ RSS ਦੀ ਸ਼ਾਖਾ ਲੱਗਦੇ ਹੋਏ ਦੇਖੀ ਹੈ ਡੰਡੀ ਇੱਕ ਵਾਰ ਨਿਊਯਾਰਕ 'ਚ ਕਈ ਪਠਾਨ ਉਦਯੋਗਪਤੀਆਂ ਨੇ ਮੇਰੇ ਨਾਲ ਮਿਲ ਕੇ ਹਵਨ 'ਚ ਆਹੂਤੀਆਂ ਦਿੱਤੀਆਂ ਸਨ ਡੰਡੀ ਬਗਦਾਦ ਦੇ ਪੀਰ ਗਲਾਨੀ ਦੀ ਦਰਗਾਹ 'ਚ ਬੈਠ ਕੇ ਮੈਂ ਵੇਦ ਮੰਤਰਾਂ ਦਾ ਪਾਠ ਕੀਤਾ ਹੈ ਅਤੇ 1983 'ਚ ਪਿਸ਼ਾਵਰ ਦੇ ਵੱਡੀ ਮਸਜਿਦ 'ਚ ਨਮਾਜ਼ੇ ਤਰਾਵੇ ਪੜ੍ਹਦੇ ਹੋਏ ਬਹਾਦੁਰਦੀਨ ਰਬਾਨੀ ਜੋ ਬਾਅਦ 'ਚ ਅਫਗਾਨ ਰਾਸ਼ਟਰਪਤੀ ਬਣੇ ਨੇ ਮੈਨੂੰ ਆਪਣੇ ਨਾਲ ਬਿਠਾ ਕੇ ਸੰਧਿਆ ਕਰਨ ਦਿੱਤੀ ਸੀ ਡੰਡੀ ਹਾਂਜੀ ਇਹ ਸੀ ਅਖਬਾਰ ਜਗਬਾਣੀ ਡੇਟ ਹੈਗੀ 4/11/2020 ਲਿਖਣਾ ਹੈਗਾ ਟੈਪ ਕਰਨਾ ਨਿਊਜ਼ ਦੇ ਉਰਦੂ ਦੇ ਵਰਡ ਵਿੱਚ ਆਏ ਸੀਗੇ ਉਹ ਦੇਖਣੇ ਆਉਂਦੇ ਅਖਬਾਰ ਤੁਹਾਨੂੰ ਮਿਲ ਜਾਏਗਾ ਮੇਰੇ ਵਟਸਐਪ ਗਰੁੱਪ ਦੇ ਵਿੱਚ ਵੀ ਐਡ ਹੋ ਸਕਦੇ ਹੋ ਉਹ ਪੇਡ ਗਰੁੱਪ ਹੈਗਾ ਨਹੀਂ ਤਾਂ ਅਖਬਾਰ ਇਹਦੀ ਐਪ ਹੈਗੀ ਆ ਜਗਬਾਣੀ ਅਖਬਾਰ ਅਤੇ ਉੱਥੋਂ ਐਪ 'ਚੋਂ ਵੀ ਦੇਖ ਸਕਦੇ ਹਾਂ ਅਖਬਾਰ ਤੁਹਾਡੇ ਨੇੜੇ ਤੇੜੇ ਮਿਲਦਾ ਹੈਗਾ ਤਾਂ ਅਖਬਾਰ ਉਹ ਵੀ ਲੈ ਸਕਦੇ ਹੋ ਇਸ ਪੂਰੇ ਅਖਬਾਰ ਨੂੰ ਅਸੀਂ ਇਸ ਗਰੁੱਪ ਵਿੱਚ ਸੈਂਡ ਕਰਾਂਗੇ ਪੂਰੇ ਦੀ ਵੀਡੀਓ ਸ਼ੂਟ ਕਰਨਾ ਅਤੇ ਨਾ ਜ਼ਿਆਦਾ ਟਾਈਮ ਇੰਨਾ ਹੁੰਦਾ ਨਹੀਂ ਹੈਗਾ ਇਹਦੀ ਆਡੀਓ ਅਸੀਂ ਉਸ ਗਰੁੱਪ ਵਿੱਚ ਸਾਰੇ 'ਚ ਸੈਂਡ ਕਰਾਂਗੇ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਇਹਦੀ ਆਊਟਲਾਈਨ ਵੀ ਸੈਂਡ ਕੀਤੀ ਜਾਵੇ ਠੀਕ ਹੈ ਜੀ ਥੈਂਕ ਯੂ ਜੀ